ਸਤਿ ਸ਼੍ਰੀ ਅਕਾਲ, ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ, ਮੈਂ ਹਾਂ ਪ੍ਰਿਆਂਸ਼ੂ। ਲੁਧਿਆਣਾ ਦੇ ਵਿੱਚ ਦਿਨ ਦਿਹਾੜੇ ਚੋਰਾਂ ਦੇ ਹੌਸਲੇ, ਲੁਟੇਰਿਆਂ ਦੇ ਹੌਸਲੇ ਬੁਲੰਦ ਨੇ, ਜੋ ਕਿ ਦਰਸਾਉਂਦੀਆਂ ਨੇ ਇਹ ਤਸਵੀਰਾਂ ਜੋ ਕਿ ਲੁਧਿਆਣਾ ਦੇ ਕਾਰਾਬਰਾ ਬਸਤੀ ਤੋਂ ਬਾਹਰ ਆ ਰਹੀਆਂ ਨੇ, ਜੋ ਕਿ ਤੁਹਾਡੇ ਨਾਲ ਅਸੀਂ ਹੁਣ ਸਾਂਝੀਆਂ ਵੀ ਕਰ ਰਹੇ। ਤੁਸੀਂ ਦੇਖ ਸਕਦੇ ਹੋ ਕਿ ਦਿਨ ਦਿਹਾੜੇ ਇਹ ਜੋ ਹੈ ਦੁਪਹਿਰ ਦੇ 12 ਵਜੇ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ, ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਤਿੰਨ ਲੁਟੇਰੇ ਦਿਨ ਦਿਹਾੜੇ ਸੂਰਜ ਦੀ ਰੋਸ਼ਨੀ ਦੇ ਵਿਚਕਾਰ ਸੁਨਿਆਰੇ ਦੀ ਦੁਕਾਨ ਦੇ ਵਿੱਚ ਵੜਦੇ ਨੇ ਅਤੇ ਗਨ ਪੁਆਇੰਟ 'ਤੇ ਦੁਕਾਨਦਾਰ ਦੇ ਕੋਲੋਂ ਲੁੱਟ ਦੀ ਘਟਨਾ ਨੂੰ ਅੰਜਾਮ ਦਿੰਦੇ ਨੇ। ਹੁਣ ਕਿਤੇ ਨਾ ਕਿਤੇ ਅਸੀਂ ਕਹਿ ਸਕਦੇ ਹਾਂ ਕਿ ਇਹ ਤਸਵੀਰਾਂ ਚਲਕਾਉਂਦੀਆਂ ਨੇ ਕਿ ਚੋਰਾਂ ਦੇ ਲੁਟੇਰਿਆਂ ਦੇ ਹੌਸਲੇ ਕਿੰਨੇ ਬੁਲੰਦ ਹੋ ਗਏ ਹਨ, ਕਿ ਜਿੱਥੇ ਦੇਰ ਰਾਤ ਨੂੰ ਇਹ ਤਸਵੀਰਾਂ ਸਾਹਮਣੇ ਆਉਂਦੀਆਂ ਸੀ, CCTV 'ਚ ਇਹ ਤਸਵੀਰਾਂ ਕੈਦ ਹੁੰਦੀਆਂ ਸੀ, ਉੱਥੇ ਹੀ ਇਹ ਤਸਵੀਰਾਂ ਹੁਣ ਦਿਨ ਦਿਹਾੜੇ ਵੀ ਸਾਡੇ ਸਾਹਮਣੇ ਆਉਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਤਸਵੀਰਾਂ 'ਚ ਤੁਸੀਂ ਸਾਫ਼ ਸਾਫ਼ ਦੇਖ ਸਕਦੇ ਹੋ CCTV ਤਸਵੀਰਾਂ 'ਚ ਕਿ ਕਿਸ ਤਰ੍ਹਾਂ ਆਵਾਜਾਈ ਲਗਾਤਾਰ ਚੱਲ ਰਹੀ ਹੈ, ਵੱਖਰੇ ਵੱਖਰੇ ਵਾਹਨ ਜੋ ਨੇ ਉਹ ਉੱਥੋਂ ਦੀ ਨਿਕਲ ਰਹੇ ਨੇ, ਲੇਕਿਨ ਫਿਰ ਵੀ ਇਹ ਸੁਨਿਆਰੇ ਦੀ ਜੋ ਦੁਕਾਨ ਹੈ ਉਹ ਦਿਨ ਦਿਹਾੜੇ ਲੁੱਟੀ ਜਾਂਦੀ ਹੈ, ਜਿਸ ਤੋਂ ਬਾਅਦ ਬੇਖੌਫ ਲੁਟੇਰੇ ਲਗਾਤਾਰ ਉਸ ਦੁਕਾਨ ਤੋਂ ਬਾਹਰ ਆ ਜਾਂਦੇ ਨੇ, ਆਪਣਾ ਜੋ ਚਿਹਰਾ ਹੈ ਉਹ ਟੱਕ ਕੇ ਦੁਕਾਨ ਤੋਂ ਬਾਹਰ ਆਉਂਦੇ ਨੇ, ਜਿਸ ਦੀਆਂ ਤਸਵੀਰਾਂ ਕੈਦ ਹੁੰਦੀਆਂ ਨੇ ਅਤੇ ਮੋਟਰਸਾਈਕਲ 'ਤੇ ਬਹਿ ਕੇ ਨਿਕਲ ਜਾਂਦੇ ਨੇ। ਹੁਣ ਇਸ ਪੂਰੀ ਘਟਨਾ ਤੋਂ ਬਾਅਦ ਜਿੱਥੇ ਕਿ ਅਸੀਂ ਕਹਿ ਸਕਦੇ ਹਾਂ ਕਿ ਦੁਕਾਨਦਾਰ ਦੇ ਕਿਤੇ ਨਾ ਕਿਤੇ ਮਨ ਦੇ ਵਿੱਚ ਖੌਫ ਹੋਏਗਾ, ਦੁੱਖ ਹੋਵੇਗਾ, ਉੱਥੇ ਹੀ ਅਸੀਂ ਕਹਿ ਸਕਦੇ ਹਾਂ ਕਿ ਤਸਵੀਰਾਂ ਦੇ ਉੱਤੇ ਠੱਲ ਪਾਉਣ ਦੀ ਜ਼ਰੂਰਤ ਹੈ ਅਤੇ ਲੁਟੇਰਿਆਂ ਦੇ ਉੱਤੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਜ਼ਰੂਰਤ ਹੈ। ਤਾਂ ਮੇਰੇ ਸਹਿਯੋਗੀ ਹਿੰਮਤ ਲੁਧਿਆਣਾ ਦੇ ਇਸ ਇਲਾਕੇ ਦੇ ਵਿੱਚ ਇਸ ਦੁਕਾਨ 'ਤੇ ਪਹੁੰਚੇ ਅਤੇ ਦੁਕਾਨਦਾਰ ਦੇ ਨਾਲ ਗੱਲਬਾਤ ਵੀ ਕੀਤੀ ਗਈ, ਜੋ ਕਿ ਅਸੀਂ ਤੁਹਾਨੂੰ ਸੁਣਾਵਾਂਗੇ। ਸੁਣੋ ਕੀ ਕਿਹਾ ਦੁਕਾਨਦਾਰ ਨੇ ਇਸ ਪੂਰੇ ਮਾਮਲੇ ਦੇ ਬਾਰੇ। ਲੁਧਿਆਣਾ ਦੇ ਕਾਰਾਬਾਰਾ ਰੋਡ 'ਤੇ ਇੱਕ ਜਵੈਲਰ ਦੀ ਦੁਕਾਨ 'ਤੇ ਗਨ ਪੁਆਇੰਟ 'ਤੇ ਇੱਕ ਵੱਡੀ ਵਾਰਦਾਤ ਦੇਖਣ ਨੂੰ ਮਿਲੀ ਹੈ, ਜਿੱਥੇ 4 ਨੌਸਰਬਾਜ਼ ਪਹੁੰਚਦੇ ਨੇ, ਮੂੰਹ ਟੱਕੇ ਹੁੰਦੇ ਨੇ, ਤਾਂ ਗਨ ਪੁਆਇੰਟ 'ਤੇ ਲੁੱਟ ਦੀ ਵਾਰਦਾਤ ਨੂੰ ਜਿਹੜੇ ਕਿ ਅੰਜਾਮ ਦਿੱਤਾ ਗਿਆ, ਤਾਂ ਗੱਲਬਾਤ ਕਰਾਂਗੇ ਮੇਰੇ ਨਾਲ ਮਾਲਕ ਮੌਜੂਦ ਨੇ। ਬਾਈ ਜੀ ਕੀ ਨਾਮ ਹੈ ਜੀ? ਰਾਹੁਲ ਵਰਮਾ। ਕੀ ਵਾਰਦਾਤ ਹੋਈ ਸੀ, ਕਿੰਨੇ ਵਜੇ ਦੀ ਗੱਲ ਹੈ? ਇਹ ਕੋਈ 12 ਵਜੇ ਦੀ ਗੱਲ ਹੈ। ਮੈਂ ਜਿਮ ਤੋਂ ਵਾਪਸ ਆ ਰਿਹਾ ਸੀਗਾ ਅਤੇ ਮੇਰੇ ਮਾਮਾ ਜੀ ਖੜ੍ਹੇ ਸੀਗੇ, ਉਹਨਾਂ ਕੋਲ 4 ਬੰਦੇ ਕਹਿੰਦੇ ਕਿ ਚਾਂਦੀ ਦਾ ਸਮਾਨ ਲੈਣਾ, ਉਹ ਦੇਖਣ ਦੇ ਲਈ ਉਹ ਇੱਥੇ ਆਏ ਨੇ ਅਤੇ ਚੈਨਾਂ ਦਿਖਾਈਆਂ, ਉਹੀ ਚੈਨਾਂ ਚੱਕ ਕੇ ਪਹਿਲਾਂ ਪਿੱਛੇ ਜੇਬ 'ਚ ਪਾ ਲਈਆਂ, ਫਿਰ ਕਹਿੰਦੇ ਹੱਥ ਫੜ ਕੇ ਕਿ ਤੁਸੀਂ ਜੋ ਕੈਸ਼ ਹੈ ਉਹ ਵੀ ਦੇ ਦਿਓ। ਜਦੋਂ ਉਹਨਾਂ ਨੇ ਮਨਾ ਕੀਤਾ ਕਿ ਤੂੰ ਚੈਨਾਂ ਚੱਕ ਰਿਹਾ ਜਾਂ ਇਹ ਕਰ ਰਿਹਾ, ਤਾਂ ਉਹਨਾਂ ਨੇ ਆਪਣੀ ਪਿਸਤੌਲ ਕੱਢੀ, ਪਿਸਤੌਲ ਕੱਢ ਕੇ ਉਹਨਾਂ ਵੱਲ ਤਾਨ ਦਿੱਤੀ ਅਤੇ ਉਹਨਾਂ ਨੇ ਹੱਥੋਂ ਪਾਈ ਕਰਨ ਦੀ ਕੋਸ਼ਿਸ਼ ਕੀਤੀ, ਜਦ ਨੂੰ ਉਹਨਾਂ ਦੇ ਇੱਦਾਂ ਦਿਖਾ ਕੇ ਪਿਸਤੌਲ ਉਹ ਭੱਜ ਗਏ ਅਤੇ ਆਪਣਾ ਬੈਗ ਸੀਗਾ ਕਾਲੇ ਰੰਗ ਦਾ ਉਹਨਾਂ ਕੋਲ, ਉਹ ਇੱਥੇ ਛੱਡ ਕੇ ਚਲੇ ਗਏ। 4 ਬੰਦੇ ਸੀਗੇ? 4 ਬੰਦੇ ਟੋਟਲ ਸੀਗੇ ਜੀ। 3 ਰੁਮਾਲ ਬੰਨੇ ਹੋਏ ਸੀ ਜਾਂ ਮਫਲਰ ਵਗੈਰਾ ਕਿੱਦਾਂ ਦਾ ਢਕੇ ਹੋਏ ਸੀ? ਪਰਨੇ ਜੇ ਬੰਨੇ ਹੋਏ ਸੀਗੇ, ਕਿਸੇ ਦੇ ਰੁਮਾਲ ਸੀ, ਕਿਸੇ ਨੇ ਪਰਨਾ ਲਪੇਟਿਆ ਹੋਇਆ ਸੀਗਾ। ਜਦੋਂ ਐਂਟਰ ਹੁੰਦੇ ਨੇ ਦੁਕਾਨ 'ਚ ਕੀ ਕਿਹਾ ਕਿ ਜਾਂਦਾ ਉਹਨਾਂ ਵੱਲੋਂ? ਕਿ ਚਾਂਦੀ ਦੀਆਂ ਚੈਨਾਂ ਦਿਖਾ ਦਿਓ ਜੀ। ਅਤੇ ਅਸੀਂ ਮਨਾ ਕਰਤਾ ਪਹਿਲਾਂ ਤਾਂ ਕਿ ਹੈ ਨਹੀਂ ਗੀਆਂ, ਫਿਰ ਉਹ ਉੱਥੇ ਮਾਮਾ ਜੀ ਤਾਂ ਉੱਧਰ ਹੀ ਬੈਠੇ ਰਹੇ, ਉਹ ਆਪ ਹੀ ਅੰਦਰ ਨੂੰ ਕਾਊਂਟਰ ਦੇ ਅੰਦਰ ਵੱਲ ਨੂੰ ਆਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ, ਫਿਰ ਉਹਨਾਂ ਨੂੰ ਰੋਕਿਆ ਤਾਂ ਫਿਰ ਉਹ ਹੱਥੋਂ ਪਾਈ ਦੇ ਆ ਗਏ ਸਾਡੇ ਨਾਲ। ਤੁਹਾਨੂੰ ਕਿੰਨੀ ਕੁ ਦੇਰ ਬਾਅਦ ਸ਼ੱਕ ਹੋਇਆ ਜਦੋਂ ਦੁਕਾਨ 'ਤੇ ਐਂਟਰ ਕਰਦੇ ਨੇ, ਤੁਹਾਡੇ ਨਾਲ ਗੱਲਬਾਤ ਕਰਦੇ ਨੇ, ਚੈਨੀਆਂ ਦੁਕਾਨ ਨੂੰ ਕਿਹਾ ਜਾਂਦਾ? ਉਹਨਾਂ ਨੇ ਹੱਥ ਫੜ ਲਿਆ ਜਦੋਂ, ਫਿਰ ਕਹਿੰਦੇ ਕਿ ਕੈਸ਼ ਦੇ ਦਿਓ, ਜਿੰਨਾ ਵੀ ਗੱਲੇ ਦੇ ਵਿੱਚ ਕੈਸ਼ ਪਿਆ ਆ। ਅਸੀਂ ਕੈਸ਼ ਤੋਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਕਰਨਾ ਕੀ ਹੈ, ਤੁਹਾਨੂੰ ਕਿਉਂ ਦਈਏ ਅਸੀਂ ਕੈਸ਼, ਤਾਂ ਇੰਨੇ ਨੂੰ ਉਹਨਾਂ ਨੇ ਫਿਰ ਸਮਾਨ ਖੋਹਿਆ ਅਤੇ ਪਿਸਤੌਲ ਕੱਢ ਲਈ ਸਾਡੀ। ਨੁਕਸਾਨ ਕਿੰਨਾ ਕੁ ਹੋਇਆ? ਸਾਡਾ 100 ਤੋਂ 150 ਗ੍ਰਾਮ ਚਾਂਦੀ ਸੀਗੀ ਜੀ ਅਤੇ 2000 ਰੁਪਈਆ ਕੈਸ਼ ਸੀਗਾ ਬਸ। ਇਹੀ ਸ਼ੁਕਰ ਹੈ ਕਿ ਅਸੀਂ ਗੱਲਾਂ ਹਜੇ ਲੋਕ ਰੱਖਿਆ ਹੋਇਆ ਸੀਗਾ, ਪੂਰਾ ਸਮਾਨ ਉਹਨਾਂ ਦੇ ਹੱਥ ਲੱਗਿਆ ਨਹੀਂ ਸਾਡਾ ਜੀ। ਫਾਇਰਿੰਗ ਵਗੈਰਾ ਕਰਨ ਦੀ ਕੋਈ ਇਹੋ ਜਿਹੀ ਗੱਲ ਤਾਂ ਘਟਨਾ ਸਮਝੇ? ਕੋਸ਼ਿਸ਼ ਉਹਨਾਂ ਦੀ ਪੂਰੀ ਸੀਗੀ ਕਿ ਅਗਰ ਨਾ ਸਮਾਨ ਉਹਨਾਂ ਨੂੰ ਮਿਲਦਾ ਤਾਂ ਸ਼ਾਇਦ ਉਹ ਫਾਇਰਿੰਗ ਕਰ ਦਿੰਦੇ ਜੀ। ਉਹਨਾਂ ਨੇ ਕੋਕ ਤਾਂ ਕਰ ਲਿਆ ਸੀਗਾ ਜੀ। CCTV ਤੁਹਾਡੇ ਕੋਲ ਹੈ ਇਸ ਟਾਈਮ? ਉਹ SHO ਸਾਹਿਬ ਲੈ ਗਏ ਸੀਗੇ ਜੀ, ਸਾਡੇ ਕੋਲ ਛੋਟਾ ਕਲਿੱਪ ਹੈਗਾ, ACP ਸਾਹਿਬ ਆ ਗਏ ਸੀਗੇ, SHO ਸਾਹਿਬ ਆਏ ਸੀ, ਉਹ ਰਿਕਾਰਡਰ ਸਾਡਾ DVR ਉਹ ਲੈ ਗਏ। ਪਹਿਲਾਂ ਵੀ ਤੁਹਾਡੀ ਕੋਈ ਦੁਕਾਨ 'ਤੇ ਕੋਈ ਇੱਦਾਂ ਦੀ ਵਾਰਦਾਤ ਹੋਈ ਹੋਵੇ ਜਾਂ ਕੋਈ ਤੁਹਾਨੂੰ ਕੋਈ ਰੇਟ ਹੋਵੇ, ਤੁਹਾਨੂੰ ਕੋਈ ਸ਼ੱਕ ਹੋਵੇ ਕਿਸੇ 'ਤੇ? ਨਹੀਂ, ਪਹਿਲਾਂ ਕਦੇ ਵੀ ਨਹੀਂ ਇੱਦਾਂ ਦੀ ਕਦੇ ਕੋਈ ਗੱਲ ਹੀ ਨਹੀਂ ਹੋਈ ਅੱਜ ਤੱਕ ਕਦੇ। ਹਾਂਜੀ, ਉਹ ਬੈਠੇ ਨੇ ਜਿਨ੍ਹਾਂ ਨਾਲ ਵਾਰਦਾਤ ਹੋਈ ਆ, ਉਹ ਥਾਣੇ ਬੈਠੇ ਨੇ, ਉਹਨਾਂ ਦੀ ਰਿਪੋਰਟ ਦਰਜ ਹੋ ਰਹੀ ਹੈ ਜੀ ਉੱਥੇ। ਸੋ ਬਿਲਕੁਲ ਤਸਵੀਰਾਂ ਵੀ ਤੁਹਾਨੂੰ ਦਿਖਾ ਦਿੰਦੇ ਹਾਂ, ਸੁਨਿਆਰੇ ਦੀ ਦੁਕਾਨ ਹੈ, ਜਵੈਲਰ ਦੀ ਸ਼ੋਪ ਹੈ, ਤਾਂ ਇਸੇ ਦਰਾਜ ਦੇ ਵਿੱਚ ਕੈਸ਼ ਪਿਆ ਸੀਗਾ
ਤੇ ਇੱਥੋਂ ਹੀ ਕੈਸ਼ ਲੈ ਕੇ ਫਰਾਰ ਹੋ ਗਏ ਨੇ। ਤਾਂ ਕੁਝ ਚਾਂਦੀ ਦੀਆਂ ਚਾਈਨਾ ਸੀ, ਹਾਲਾਂਕਿ ਨੁਕਸਾਨ ਤਾਂ ਜ਼ਿਆਦਾ ਨਹੀਂ ਹੋਇਆ, ਪਰ ਜਿਸ ਢੰਗ ਦੇ ਨਾਲ ਇਸ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ, ਗਨ ਪੁਆਇੰਟ ਦੇ ਉੱਤੇ ਇਹ ਖੋਹ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਜੇਕਰ ਅੱਗੋਂ ਦਲੇਰੀ ਨਾ ਦਿਖਾਈ ਜਾਂਦੀ ਤਾਂ ਹੋ ਸਕਦਾ ਕਿ ਵੱਡੀ ਘਟਨਾ ਹੀ ਵਾਪਰ ਸਕਦੀ ਸੀ। ਪਰ ਦੂਜੇ ਪਾਸੇ ਦਲੇਰੀ ਦਿਖਾਉਂਦੇ ਹੋਏ ਇੱਕ ਬਜ਼ੁਰਗ ਇੱਥੇ ਹੁੰਦੇ ਨੇ ਅਤੇ ਕੋਨਰ ਉੱਥੇ ਹੁੰਦੇ ਨੇ, ਤਾਂ ਉਹਨਾਂ ਦੇ ਵੱਲੋਂ ਨੌਸਰਬਾਜ਼ਾਂ ਨੂੰ ਜਿਹੜਾ ਰੋਕ ਲਿਆ ਜਾਂਦਾ ਤਾਂ ਉੱਥੋਂ ਕੁਛ ਕੁ 2,000 ਰੁਪਏ ਕੈਸ਼ ਅਤੇ 150-200 ਗ੍ਰਾਮ ਚਾਂਦੀ ਲੈ ਕੇ ਜੋ ਫਰਾਰ ਹੋਣ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ। ਕੈਮਰਾ ਪਰਸਨ ਸਨਮਾਨ ਦੇ ਨਾਲ ਹਿੰਮਤ ਸਿੰਘ ਦੀ ਕਪਾਲ ਦੇਣੀ ਸਵੇਰਾ ਲੁਧਿਆਣਾ।